ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਕਰਦੇ ਹਾਂ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਧਰੋਹੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਸਿਆਸਤ ਕਾਫੀ ਗਰਮਾਈ ਹੋਈ ਹੈ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਗੁੱਸੇ ਦੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਸਵਾਲ ਖੜੇ ਕਰ ਰਹੀ ਹੈ। ਬੀਤੇ ਦਿਨੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਮਰਿੰਦਰ ਕੈਪਟਨ ਤੇ ਸਵਾਲ ਖੜੇ ਕਰਦਿਆਂ ਕਿਹਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣਾ ਪੱਖ ਪੇਸ਼ ਕਰਨ ਕਿ ਉਹਨਾਂ ਨੇ ਅਰੂਸਾ ਨੂੰ ਆਪਣੇ ਘਰ ਕਿਉਂ ਰੱਖਿਆ ਹੋਇਆ। ਉਹਨਾਂ ਕਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਰੂਸਾ ਦਾਖਲ ਕਿਉਂ ਦੇ ਰਹੀ ਹੈ। ਹੋਰ ਵੀ ਉਹਨਾਂ ਨੇ ਜੋ ਵੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਖੜੇ ਕੀਤੇ ਨੇ ਆਓ ਅਸੀਂ ਦੇਖਦੇ ਹਾਂ। ਅੱਜ ਇੱਕ ਬਹੁਤ ਹੀ ਗੰਭੀਰ ਔਰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਹੋਏ ਮਸਲੇ 'ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ, ਅਸੀਂ ਸਾਰੇ ਵਿਚਾਰ ਸਾਂਝੇ ਕਰਾਂਗੇ। ਕਿਉਂਕਿ ਕਾਫੀ ਸਮੇਂ ਤੋਂ ਦੇਖੋ ਲੋਕਾਂ ਨੂੰ ਤਾਂ ਇਹ ਪਤਾ ਬੱਚੇ ਨੂੰ, ਪਰ ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ। ਸੋ ਅੱਜ ਜੋ ਅਸੀਂ ਬੋਲਾਂਗੇ ਉਹ ਪਤਾ ਤੁਹਾਨੂੰ ਸਾਰਿਆਂ ਨੂੰ ਹੈ, ਪਰ ਇਸ ਮਾਮਲੇ 'ਤੇ ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ। ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਦੋਂ ਜਰਨੈਲ ਜੀ ਚੀਮਾ ਸਾਹਿਬ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਜਲੰਧਰ ਦੇ ਵਿੱਚ ਆਕਸੀਮੀਟਰ ਜਿਹੜੇ ਬਲੱਡ ਦੇ ਵਿੱਚ ਆਕਸੀਜਨ ਮਾਪਦੇ ਨੇ, ਉਹਨਾਂ ਦੀ ਕੰਪੇਨ ਸ਼ੁਰੂ ਕੀਤੀ ਕਿ ਅਸੀਂ ਉਹ ਪੰਜਾਬ ਦੇ ਪਿੰਡਾਂ 'ਚ ਪਹੁੰਚਾਵਾਂਗੇ। ਕਿਉਂਕਿ ਜਿਸ ਕਿਸਮ ਦਾ ਡਰ ਪੈਦਾ ਹੋ ਗਿਆ, ਲੋਕ ਸਰਕਾਰੀ ਹਸਪਤਾਲਾਂ 'ਚ ਟੈਸਟ ਕਰਾਉਣ ਤੋਂ ਜਾਂ ਦਾਖਲ ਹੋਣ ਤੋਂ ਵੀ ਡਰਦੇ ਨੇ, ਅਤੇ ਸਾਡੇ ਕੋਲ ਦਿੱਲੀ ਦਾ ਰਿਕਾਰਡ ਹੈ ਕਿ 85% ਲੋਕ ਦਿੱਲੀ ਦੇ ਜਿਹੜੇ ਨੇ ਉਹ ਹੋਮ ਕੁਆਰੰਟਾਈਨ ਆਪਣੇ ਘਰ ਹੀ ਇਕਾਂਤਵਾਸ ਦੇ ਵਿੱਚ ਠੀਕ ਹੋ ਗਏ। ਸੋ ਅਸੀਂ ਕਿਹਾ ਵੀ ਤੁਸੀਂ ਆਪ ਟੈਸਟ ਕਰ ਲਓ ਤਾਂ ਆਕਸੀਜਨ ਦਾ ਜਿਹੜਾ ਮਾਤਰਾ ਉਹ ਪਤਾ ਲੱਗ ਜਾਂਦੀ ਉਹਦੇ ਨਾਲ। ਤਾਂ ਉਸ ਤੋਂ ਬਾਅਦ ਅਚਾਨਕ ਬੌਖਲਾਹਟ ਆ ਗਈ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਨੂੰ, ਰਾਜਾ ਸਾਹਿਬ ਨੂੰ। ਤਾਂ ਉਹਨਾਂ ਨੇ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਉਹ ਪੰਜਾਬ ਦੇ ਮਾਮਲਿਆਂ 'ਚ ਦਾਖਲ ਨਾ ਦੇਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਧਰੋਹੀ ਹੈ ਅਤੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਨੇ। ਬਹੁਤ ਹੀ ਸ਼ਰਮਨਾਕ ਔਰ ਬੇਹੂਦਾ ਬੇਤੁੱਕਾ ਬਿਆਨ ਹੈ। ਤੀਜੀ ਵਾਰ ਲੋਕਾਂ ਦੁਆਰਾ ਚੁਣੇ ਹੋਏ ਮੁੱਖ ਮੰਤਰੀ ਲਈ ਇੱਦਾਂ ਦੀ ਗੱਲ ਕਰਨੀ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਔਰ ਉਹ ਵੀ ਉਹ ਬੰਦੇ ਕੈਪਟਨ ਸਾਹਿਬ ਕਿਵੇਂ ਕਹਿ ਸਕਦੇ ਨੇ ਕਿ ਸਰਹੱਦੋਂ ਪਾਰ ਜਿਹੜੇ ਦੇਸ਼ ਵਿਰੋਧੀ ਬੈਠੇ ਨੇ ਕੇਜਰੀਵਾਲ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ, ਜਦਕਿ ਸਰਹੱਦੋਂ ਪਾਰ ਵਾਲੇ ਤਾਂ ਰਾਜਾ ਸਾਹਿਬ ਦੇ ਘਰ ਰਹਿੰਦੇ ਨੇ ਅਤੇ ਉਹ ISI ਮਾਰਕਾ ਨੇ, ISI ਨਾਲ ਲਿੰਕ ਨੇ ਉਹਨਾਂ ਦੇ, ਅਤੇ ਉਹ ਡਿਫੈਂਸ ਦੇ ਪੱਤਰਕਾਰ ਨੇ। ਠੀਕ ਹੈ ਜੀ, ਸਾਰਾ ਆਲਮ ਜਾਣਦਾ ਕਿ ਰੂਸਾ ਕਿੱਥੇ ਰਹਿੰਦੀ ਹੈ। ਠੀਕ ਹੈ ਜੀ, ਘੱਟੋ ਘੱਟ ਕੈਪਟਨ ਸਾਹਿਬ ਤੁਸੀਂ ਆਪ ਤਾਂ ਸੋਚ ਲੈਂਦੇ ਇਹ ਗੱਲ ਕਹਿਣ ਤੋਂ ਪਹਿਲਾਂ, ਇਹ ਬੁਖਲਾਹਟ ਹੈ ਇਹਨਾਂ ਦੀ। ਇੱਕ ਜਦੋਂ ਇਲੈਕਸ਼ਨ ਕੰਪੇਨ ਹੋਈ ਦਿੱਲੀ 'ਚ ਇਸ ਵਾਰ, ਤਾਂ ਯੋਗੀ ਆਦਿੱਤਿਆ ਨਾਥ ਆ ਕੇ ਕਹਿੰਦੇ, ਯੂਪੀ ਦੇ ਮੁੱਖ ਮੰਤਰੀ ਕਹਿੰਦੇ ਕੇਜਰੀਵਾਲ ਅੱਤਵਾਦੀ ਹੈ, ਕੋਈ ਕਹਿੰਦਾ ਨਕਸਲੀ ਹੈ, ਕੋਈ ਕਹਿੰਦਾ ਪਾਕਿਸਤਾਨੀ ਏਜੰਟ ਹੈ। ਕਾਂਗਰਸ ਨੂੰ 2 ਵਾਰੀ ਹਰਾਇਆ 0 'ਤੇ ਦਿੱਲੀ 'ਚ ਆਮ ਆਦਮੀ ਪਾਰਟੀ ਨੇ, ਤਾਂ ਹੁਣ ਇਹ ਕਹਿਣ ਲੱਗ ਗਏ ਵੀ ਦੇਸ਼ ਧਰੋਹੀ ਹੈ। ਸੋ ਜੇ ਪ੍ਰਧਾਨ ਮੰਤਰੀ ਦੇ ਵਿਰੁੱਧ ਕੁਛ ਬੋਲੋ ਤਾਂ ਵੀ ਦੇਸ਼ ਧਰੋਹੀ ਦਾ ਫਤਵਾ, ਜੇ ਕਾਂਗਰਸ ਨੂੰ ਹਰਾ ਦਿਓ, ਕਾਂਗਰਸ ਨੂੰ 0 ਦਿਖਾ ਦਿਓ ਤਾਂ ਵੀ ਦੇਸ਼ ਧਰੋਹੀ ਦਾ ਫਤਵਾ, ਜਦਕਿ ਦੇਸ਼ ਵਿਰੋਧੀ ਐਕਟੀਵਿਟੀਆਂ ਕਰਨ ਵਾਲੇ ਉਹ ਤਾਂ ਇਹਨਾਂ ਦੇ ਘਰ ਰਹਿੰਦੇ ਨੇ। ਕੈਪਟਨ ਸਾਹਿਬ ਆਪ ਤਾਂ ਘਰੋਂ ਬਾਹਰ ਨਿਕਲੇ ਨਹੀਂ, 3.5 ਸਾਲ ਤੋਂ ਤਾਂ ਇਕਾਂਤਵਾਸ ਨੇ, ਕਦੇ ਦੇਖੇ ਨਹੀਂ ਗਏ, ਕਦੇ ਕਦੇ ਦੇਖੇ ਜਾਂਦੇ ਨੇ, ਕਦੇ ਉੱਤਰ ਪੂਰਬੀ ਪੰਜਾਬ 'ਚ, ਕਦੇ ਇੱਧਰ ਪੱਛਮੀ ਹਿੱਸੇ 'ਚ ਪਹਾੜਾਂ ਵੱਲ ਦੇਖੇ ਜਾਂਦੇ ਨੇ ਕਦੇ ਕਦੇ। ਆਪ ਤਾਂ ਘਰੋਂ ਬਾਹਰ ਨਹੀਂ ਨਿਕਲੇ, ਲੋਕ ਮਰ ਰਹੇ ਨੇ, ਕਰੋਨਾ ਦਾ ਸਹਿਮ ਕਿੰਨਾ ਪੈਦਾ ਹੋ ਗਿਆ, ਜ਼ਹਿਰੀਲੀ ਸ਼ਰਾਬ ਨਾਲ ਕਿਵੇਂ ਮਾਝੇ ਦੀ ਧਰਤੀ 'ਤੇ ਲਾਸ਼ਾਂ ਵਿਛੀਆਂ। ਮੁਲਾਜ਼ਮ ਹਰ ਰੋਜ਼ ਪਟਿਆਲੇ ਦੇ ਵਿੱਚ ਧਰਨੇ ਦਿੰਦੇ ਨੇ, ਤੁਸੀਂ ਕਵਰ ਕਰਦੇ ਹੋ, ਡਾਂਗਾਂ ਪੈ ਰਹੀਆਂ ਲੋਕਾਂ ਦੇ, ਕਿਸਾਨ ਜਿਹੜੇ ਨੇ ਉਹ ਧਰਨਿਆਂ 'ਤੇ ਬੈਠੇ ਨੇ ਆਰਡੀਨੈਂਸਾਂ ਦੇ ਮਾਮਲੇ 'ਚ, ਔਰ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਸਿਰਫ 1.5 ਘੰਟੇ ਦੇ ਵਿੱਚ ਖਤਮ ਕਰਕੇ ਹੋ ਗਏ। ਕੋਈ ਸਵਾਲ ਨਹੀਂ ਪੁੱਛ ਸਕਦੇ, ਕੋਈ ਵਿਰੋਧੀ ਧਿਰ ਦੇ ਜਿਹੜੇ ਸਾਡੇ ਨੇਤਾ ਸੀ ਉਹਨਾਂ ਨੂੰ ਵੀ ਨੈਗੇਟਿਵ ਰਿਪੋਰਟ ਦੇ ਬਾਵਜੂਦ ਵੀ ਬਾਹਰ ਰੱਖਿਆ ਗਿਆ। ਅਤੇ ਰਾਜਾ ਸਾਹਿਬ ਆਪ ਤਾਂ ਰਹਿੰਦੇ ਹੈ ਆਪਣੀ ਮਹਿਲਾ ਮਿੱਤਰ ਅਰੂਸਾ ਆਲਮ ਨਾਲ,
चलो रह लैन कोई नहीं, उन्हां दी निजी पसंद है, पर अरूसा आलम जिहड़ी है वह पंजाब के किहड़े किहड़े मामलों के इंटरफेयर करती है। अरविंद केजरीवाल तो साढ़े देश के नागरिक ने, देश नूं प्यार करन वाले, देश वास्ते जिहड़ा बहुत कुछ करन दी इच्छा रखने वाले व्यक्ति ने, वो तो विदेशी नागरिक है जिहड़े वीजे ते आए हुए ने, जिहड़े इन्हां दे घरें ठहरदे ने, ते फैसले पंजाब दे सारे वो लैंदे ने। हुण तां लोग मंग पत्र भी अरूसा आलम दे नां ते देण लग गए कि शायद उहदी गल तां मंनदा होवे। अरूसा आलम दे पैरां च बह के किन्ने अफसर जिहड़े ने वह बड़े बड़े अहुदयां ते जा वड़े, बदलियां वह करदी है। कैप्टन साहब नूं पुछना चाहुंदे हां असीं, सब तो पहले तो यह दसन कि अरूसा आलम का स्टेटस की है। मिनिस्ट्री ऑफ होम अफेयरस तो असी मंग करते हैं कि उन्हों का वीज़ा जोड़ा वो कौन एक्सटेंड करता है, तो किड़ा वीज़ा, क्योंकि पाकिस्तान तो जोड़े नागरिक आते हैं इंडिया के वीज़े तो उन्होंने सिटी वाइज वीज़ा मिलता है, पटियाले का वीज़ा मिलता, पटियाले तो बाहर नहीं जा सकते, मोहाली का वीज़ा मिलेगा, चंडीगढ़ का वीज़ा मिलेगा, बठिंडे का वीज़ा मिलेगा। तो अरूसा आलम को वीज़ा सारा परिवार वह इतने है कि वह हिमाचल भी जाते हैं, दिल्ली भी जाते हैं, चंडीगढ़ भी, तो हूँ वो सिसमा वाले फार्म हाउस च रेंदे ने, महाराणी साहब तो इतने रेंदे ने। तो वैसे बहुत सारे कांग्रेसी जिहड़े ने चमचागिरी करन करके अरूसा नूं भी महाराणियां कहन लग गए। सो ये गल बच्चे बच्चे नूं पता, अंग्रेज़ां दे पिट्ठू जिहड़े कैप्टन साहब उन्हां दे जिहड़े पुरखे, तो वह सानू देशभगती दे सर्टिफिकेट वंडणगे कौन कि कौन देशभगत है। अज भी शाही परिवार जिहड़ा इंग्लैंड का जिहड़े 200 साल सानू लुट के गए ने, अज भी उन्हां दे फंक्शनां दे विच शामिल हुंदे ने। ते शहीद सेवा सिंह ठीकरी वाला जी दी मौत दे ऑर्डर फांसी दे, ते उह फांसी दित्ती कित्थे गई, ये भी सारयां नूं पता। ते ये सानू देशभगती दे सर्टिफिकेट देणगे कि कौन देशभगत है, कौन पंजाब दे हालातां नूं जिहड़ा खराब कर रहा है। सो कैप्टन साहब तुसी शायद भुल गए कि लोगों ने तुहानूं मुख्यमंत्री बनाया सी, लोगों ने अरूसा आलम नूं मुख्यमंत्री नहीं बनाया। फैसले तुसी लैंदे हो जां अरूसा आलम लैंदी है, तो सारयां नूं पता है हुण। सो तीन सवाल मैं पूछना चाहुंदा, पहली गल तां तुसी इह स्पष्ट करो कि उहदा स्टेटस की है अरूसा आलम दा, ते उहदे परिवार दा, ਉਹ ਪੰਜਾਬ ਦੇ ਮਾਮਲਿਆਂ 'ਚ ਦਖਲ ਕਿਉਂ ਦੇ ਰਹੇ ਨੇ। ਦੂਜਾ ਸਾਨੂੰ ਇਹ ਦੱਸੋ ਕਿ ਅਰੂਸਾ ਆਲਮ ਦੇ ਪੈਰਾਂ 'ਚ ਬੈਠੇ ਜਿਹੜੇ ਅਫਸਰ ਨੇ ਉਹ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਜਾਂਦੇ ਨੇ, ਇਹਦਾ ਮਤਲਬ ਕੀ? ਇਹਦਾ ਮਤਲਬ ਤੁਸੀਂ ਫਿਰ ਉਹਨਾਂ ਦੀ ਹੀ ਮੰਨਦੇ ਹੋ। ਤੀਜੇ ਨੰਬਰ 'ਤੇ ਕਿ ਸੀਐਮ ਜਿਹੜਾ ਉਹ ਆਪ ਤਾਂ ਘਰੋਂ ਨਿਕਲਦਾ ਨਹੀਂ, ਨਾ MLA ਨੂੰ ਮਿਲੇ, ਨਾ ਉਹ ਆਪਣੇ ਮੰਤਰੀਆਂ ਨੂੰ ਮਿਲੇ, ਸਾਨੂੰ ਤਾਂ ਉਹਨੇ ਮਿਲਣੇ ਕੀ ਹੈ? ਤਾਂ ਕਿਸੇ ਬਗਾਨੇ ਮੁਲਕ ਤੋਂ ਆਏ ਹੋਏ ਇੱਕ ਡਿਫੈਂਸ ਦੇ ਪੱਤਰਕਾਰ ਅਤੇ ਜਿਹਦੇ 'ਤੇ ISI ਨਾਲ ਸੰਬੰਧਾਂ ਦੇ ਚਰਚੇ ਨੇ, ਉਹਨਾਂ ਨੂੰ ਤੁਸੀਂ ਆਪਣੇ ਘਰ ਰੱਖ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਰਹੇ ਹੋ। ਮੈਂ ਮਿਨਿਸਟਰੀ ਆਫ ਹੋਮ ਅਫੇਅਰਸ ਅਤੇ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਵੀ ਮੈਂ ਇਹ ਮਾਮਲਾ ਹੁਣ ਪਾਰਲੀਮੈਂਟ 'ਚ ਉਠਾਉਣਾ, ਲੋਕ ਸਭਾ 'ਚ 14 ਤਰੀਕ ਤੋਂ ਚੱਲ ਰਹੀ ਹੈ, ਕਿ ਉਹਨਾਂ ਦਾ ਸਾਨੂੰ ਸਟੇਟਸ ਦੱਸੋ ਜੀ ਕਿ ਉਹ ਇੱਥੇ ਕਿਹੜੇ ਵੀਜ਼ੇ 'ਤੇ ਰਹਿੰਦੇ ਨੇ, ਕੌਣ ਕੌਣ ਉਹਦਾ ਵੀਜ਼ਾ ਐਕਸਟੈਂਡ ਕਰਾਉਣ ਦੀ ਲੈਟਰ ਦਿੰਦਾ, ਅਤੇ ਕੌਣ ਉਹਦਾ ਵੀਜ਼ਾ ਐਕਸਟੈਂਡ ਕਰਦਾ। ਜਾਂ ਤਾਂ ਹੋਮ ਅਫੇਅਰ ਮਿਨਿਸਟਰੀ ਨੂੰ ਅਤੇ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਸਾਰਾ ਕੁਝ ਪਤਾ ਹੈ ਜਾਂ ਬਿਲਕੁਲ ਨਹੀਂ ਪਤਾ। ਇਹ ਹੋ ਨਹੀਂ ਸਕਦਾ ਕਿ ਨਾ ਪਤਾ ਹੋਵੇ, ਫਿਰ ਸਾਡੀਆਂ ਸੁਰੱਖਿਆ ਏਜੰਸੀਆਂ, ਸਾਡੀਆਂ ਜਿਹੜੀਆਂ ਏਜੰਸੀਆਂ ਨੇ ਉਹ ਕੀ ਕਰ ਰਹੀਆਂ ਨੇ? ਸੋ ਇਹ ਤਿੰਨ ਵੱਡੇ ਸਵਾਲ ਅਸੀਂ ਕਰ ਰਹੇ ਹਾਂ, ਅਤੇ ਨਾਲ ਨਾਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮਹਾਰਾਜਾ ਸਾਹਿਬ ਬਾਹਰ ਨਿਕਲੋ ਅਤੇ ਕੋਈ ਚੱਜ ਦਾ ਫੈਸਲਾ ਲੈ ਲਓ। ਤੁਸੀਂ ਹਰ ਹਫ਼ਤੇ TV 'ਤੇ ਆ ਕੇ ਮੌਤਾਂ ਗਣਾਉਣ ਲੱਗ ਜਾਂਦੇ ਹੋ, ਇੰਨੀ ਤਰੀਕ ਤੱਕ ਇੰਨੇ ਮਰ ਜਾਣਗੇ, ਇੰਨੀ ਤਰੀਕ ਤੱਕ ਇੰਨੇ ਮਰ ਜਾਣਗੇ, ਲੋਕਾਂ 'ਚ ਸਹਿਮ ਦਾ ਡਰ ਦਾ ਮਾਹੌਲ ਪੈਦਾ ਹੋ ਗਿਆ, ਠੀਕ ਹੈ ਨਾ? ਤਾਂ ਅਰਵਿੰਦ ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ ਨੇ ਲੋਕਾਂ ਦੁਆਰਾ ਤੀਜੀ ਵਾਰ, ਕਿਰਪਾ ਕਰਕੇ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਨਾ ਵੰਡੋ, ਠੀਕ ਹੈ ਨਾ? ਤੁਸੀਂ ਕਿਰਪਾ ਕਰਕੇ ਜੇ ਪੰਜਾਬ ਦੇ ਵਿੱਚ ਅਸੀਂ ਕੋਈ ਸਹਾਇਤਾ ਕਰਨੀ ਚਾਹੁੰਦੇ ਹਾਂ, ਅਸੀਂ ਕਿਹੜਾ ਕੋਈ ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਬੋਝ ਪਾ ਰਹੇ ਹਾਂ। ਅਸੀਂ ਆਕਸੀਮੀਟਰ ਦੇ ਦਾਂਗੇ, ਲੋਕ ਚੈੱਕ ਕਰ ਲੈਣਗੇ, ਦਿੱਲੀ 'ਚ ਆਕਸੀਮੀਟਰ ਘਰ ਘਰ ਵੰਡੇ ਨੇ, ਹੈਗੇ ਨੇ ਲੋਕਾਂ ਕੋਲ, ਰਾਜਸਥਾਨ 'ਚ ਵੀ ਵੰਡ ਰਹੇ ਹਾਂ। ਅਤੇ ਮਤਲਬ ਜੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਅਸੀਂ ਥੋੜ੍ਹਾ ਜਿਹਾ ਅੱਗੇ ਆ ਰਹੇ ਹਾਂ, ਸਰਕਾਰ ਜਿਹੜੀ ਆ ਉਹ ਫੇਲ ਹੋ ਚੁੱਕੀ ਹੈ, ਤਾਂ ਤੁਸੀਂ ਕਹਿੰਦੇ ਨਾ ਪੰਜਾਬ ਦੇ ਮਾਮਲਿਆਂ 'ਚ ਦਖਲ ਨਾ ਦਿਓ, ਕਿਉਂ ਜੀ? ਕਿਉਂ ਨਾ ਦੇਈਏ? ਅਰਵਿੰਦ ਕੇਜਰੀਵਾਲ ਜਿਹੜੀ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਪਾਰਟੀ, ਆਮ ਆਦਮੀ ਪਾਰਟੀ, ਉਹਦੇ ਨੈਸ਼ਨਲ ਕਨਵੀਨਰ ਨੇ,
ਨੈਸ਼ਨਲ ਕਨਵੀਨਰ ਹੋਣ ਦੇ ਨਾਤੇ ਪੰਜਾਬ ਦੇ ਸਾਰੇ ਮਾਮਲਿਆਂ 'ਤੇ ਨਜ਼ਰ ਰੱਖਣਾ ਅਤੇ ਪਾਰਟੀ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇਣਾ ਉਹਨਾਂ ਦਾ ਫਰਜ਼ ਵੀ ਹੈ ਅਤੇ ਡਿਊਟੀ ਵੀ ਹੈ, ਹੱਕ ਵੀ ਹੈ। ਸੋ ਰਾਈਟ ਵੀ ਹੈ ਅਤੇ ਡਿਊਟੀ ਵੀ ਹੈ। ਇਹ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਅਰੂਸਾ ਆਲਮ ਦਾ ਸਟੇਟਸ ਦੱਸਿਆ ਜਾਵੇ ਅਤੇ ਸਾਰੇ ਫੈਸਲੇ ਜਿਹੜੇ ਈਵਨ SSP ਦੀਆਂ ਬਦਲੀਆਂ, DC ਦੀਆਂ ਬਦਲੀਆਂ, ਹੋਰ ਵੱਡੇ ਅਫਸਰਾਂ ਨੂੰ ਕਿੱਥੇ ਕਿਹਨੂੰ ਅਪੁਆਇੰਟ ਕਰਨਾ ਉਹ ਮਤਲਬ ਉਹਨਾਂ ਤੋਂ ਹੁੰਦੀਆਂ ਨੇ, ਅਫਸਰਾਂ ਨੂੰ ਸਿੱਧੇ ਫੋਨ ਹੋ ਰਹੇ ਨੇ ਅਤੇ ਉਹ ਕਿਸ ਬਿਹਾਫ 'ਤੇ ਕਿਹੜੀ ਕੌਂਸਟੀਟਿਊਸ਼ਨ ਪੋਸਟ 'ਤੇ ਅਰੂਸਾ ਆਲਮ ਜਿਹੜੀ ਹੈ ਬੈਠੀ ਹੈ ਕਿ ਉਹ ਫੈਸਲੇ ਲੈ ਰਹੀ ਹੈ ਅਤੇ ਇਹਦੇ ਬਾਰੇ ਉਹ ਸਪੱਸ਼ਟ ਕਰ ਦੇਣ। ਅਤੇ ਆਪਦਾ ਪਰਿਵਾਰ ਤਾਂ ਉਹਨਾਂ ਦਾ ਜਿਹੜਾ ਉਹ ਇੱਥੇ ਬੈਠਾ, ਮੈਂ ਮਹਾਰਾਣੀ ਸਾਹਿਬ ਇੱਥੇ ਨੇ, ਰਣਿੰਦਰ ਪਤਾ ਨਹੀਂ ਕਿੱਥੇ ਹੈ। ਸੋ ਆਪ ਉਹਨਾਂ ਦਾ ਪਤਾ ਹੈ ਕਿ ਉਹ ਕਿੱਥੇ ਬੈਠੇ ਨੇ, ਉਹ ਤਾਂ ਸਿਰਫ ਸਿਸਮਾ ਵਾਲੇ ਫਾਰਮ ਹਾਊਸ ਦੇ ਵਿੱਚ ਰੈਸਟ ਕਰ ਰਹੇ ਨੇ। ਮੈਂ ਇੱਕ ਮਿੰਟ ਲਈ ਜਰਨੈਲ ਸਿੰਘ ਜੀ ਨੂੰ ਕਹੂੰਗਾ ਆਕਸੀਮੀਟਰਾਂ ਬਾਰੇ ਅਤੇ ਦਿੱਲੀ ਦੀ, ਕਿਉਂਕਿ ਮੁੱਖ ਮੰਤਰੀ ਦਿੱਲੀ 'ਤੇ ਸਿੱਧੇ ਇਲਜ਼ਾਮ ਲਾਏ ਨੇ ਤਾਂ ਉਹ ਵੀ ਇਹ ਦੱਸ ਦੇਣ ਕਿ ਦਿੱਲੀ 'ਚ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ।